रणजीत सिंह। फादर साहब का नाम जादविंदर। पिंड केड़ा है? आज जिहड़े गुड़का साहब दी जिहड़े अंग मिले आ किथों मिले आ? बाबा जी नूं दस्या ते मुड़ के फिर पुलिस आई है? हां जी, ते बाबा जी भी आए ते उन्हां नूं लग गई। अच्छा, किन्ने का अंग जिहड़े आ बाद विचों फिर जिहड़े लब्भे? ਵੀ ਟੋਟਲ ਅੰਗ 15-16। ਤੁਸੀਂ ਕਿਹੜੇ ਕੰਮ ਨੂੰ ਜਾ ਰਹੇ ਜਦੋਂ ਤੁਹਾਨੂੰ ਮਿਲੇ? ਮੈਂ ਕ੍ਰਿਸ਼ਨ ਵਾਪਸ ਆ ਰਿਹਾ। ਕਿੰਨੇ ਕੁ ਵਜੇ ਦੀ ਗੱਲ ਹੈ? 6 ਵਜੇ। ਨਾਂ ਜੀ ਵੀਰ ਜੀ? ਜਾਦਵਿੰਦਰ ਸਿੰਘ। ਪਿੰਡ ਕਿਹੜਾ ਜੀ? ਖਲੜਾ। ਹੁੰਦਾ ਮੇਰਾ 4 ਵਜੇ ਟਿਊਸ਼ਨ ਜਾਂਦਾ ਜੀ, ਤੇ ਟਿਊਸ਼ਨ ਆਉਂਦਾ 6 ਵਜੇ। ਇਹ ਮਹਾਰਾਜ ਦੇ ਅੰਗ ਫੜ ਕੇ ਲਈ ਫਿਰਦਾ, ਇਹਦਿਆਂ ਦਾ ਪਾਪਾ ਜੀ ਅੰਗ ਹੈ ਆਪਣੇ ਕੋਲ। ਕਿਹੜੇ ਗੁਰਕਾ ਸਾਹਿਬ ਦੇ? ਇਹ ਸੁਖਮਨੀ ਸਾਹਿਬ। ਅੱਛਾ, ਤੇ ਫਿਰ ਉਹਨਾਂ ਅੰਗਾਂ ਦਾ ਕੀ ਕੀਤਾ ਜੀ? ਮੈਂ ਹਾਂ ਵੀ ਪੋਤਾ ਤੂੰ ਗੁਰਦੁਆਰਾ ਸਾਹਿਬ ਫੜਾਇਆ ਬਾਬਾ ਬਿਟੂ ਜੀ। ਅੱਛਾ ਜੀ। ਉਹਨਾਂ ਨੂੰ ਫੜਾਇਆ ਤੇ ਮੁੜ ਕੇ ਚਲੋ ਉਹਨਾਂ ਗਾਂ ਫੋਨ ਕੀਤਾ, ਪਤਾ ਨਹੀਂ ਕਿਹਨੂੰ ਕੀਤਾ ਕਿਹਨੂੰ ਨਹੀਂ ਕੀਤਾ। ਹੁਣ ਪੁਲਿਸ ਤਫਤੀਸ਼ ਕਰ ਰਹੀ ਹੈ, ਇਸ ਮਾਮਲੇ 'ਚ ਆਈ ਹੈ? ਆਈ ਹੈ ਜੀ, ਥਾਣੇ ਵਿੱਚ ਗੁਰਦੁਆਰਾ ਸਾਹਿਬ ਆ ਕੇ ਦੇ ਇੱਥੇ ਮੌਕਾ ਵੇਖਣ ਦੇ। ਵੇਖੋ, ਪਹਿਲਾਂ ਵੀ ਨਾ ਖਾਲੜੇ ਦੇ ਵਿੱਚ ਅੰਗ ਬਰਾਮਦ ਹੋਏ ਸੀ, ਗਲੀਆਂ ਨਾਲੀਆਂ ਦੇ ਵਿੱਚ ਰੋਲੇ ਫਿਰਦੇ। ਕੀ ਮੰਗ ਕਰਨਾ ਚਾਹੋ? ਕਿਉਂਕਿ ਮੈਂ ਅੰਗਾਂ ਦੀ ਇਸ ਤਰ੍ਹਾਂ ਬੇਅਦਬੀ ਕਰਨਾ ਵੀ ਇੱਕ ਵੱਡਾ ਅਪਰਾਧ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰਕਾ ਸਾਹਿਬ ਦੇ ਜਿਹੜੇ ਅੰਗ ਪਾੜ ਕੇ ਉਹਨਾਂ ਦੀ ਬੇਅਦਬੀ ਕੀਤੀ ਗਈ, ਕੀ ਮੰਗ ਕਰਦੇ ਜੋ? ਅਸੀਂ ਜਿਹੜੇ ਜਿਹੜੇ ਦੋਸ਼ੀ ਉਹਨਾਂ ਨੂੰ ਬਿਲਕੁਲ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ। ਮੇਰਾ ਨਾਮ ਸੁਖਬੀਰ ਸਿੰਘ ਆ, ਗੁਰਦੁਆਰਾ ਭਾਈ ਜਗਤਾ ਦੀ ਸੇਵਾ ਕਰਦੇ ਹਾਂ। ਜਿਹੜਾ ਗੁਰਕਾ ਸਾਹਿਬ ਦੇ ਜਿਹੜੇ ਆ ਅੰਗ ਜਿਹੜੇ ਪਾੜ ਕੇ ਬੇਅਦਬੀ ਕੀਤੀ ਗਈ ਹੈ, ਕੀ ਮਾਮਲਾ ਸਾਰਾ? ਮਾਮਲਾ ਇੱਦਾਂ ਕਿ ਅਸੀਂ ਰਹਿਰਾ ਸਾਹਿਬ ਕਰਕੇ ਆਪਣਾ, ਹਾਂਜੀ, ਅਤੇ ਗੁਰਦੁਆਰਾ ਸਾਹਿਬ ਆਪਣੀ ਸੇਵਾ ਕਰਦੇ ਹਾਂ ਜੀ। ਇੱਕ ਬੱਚਾ ਆਇਆ ਜੀ, ਉਹ ਟਿਊਸ਼ਨ ਪੜ੍ਹ ਕੇ ਆਇਆ ਸੀ, ਅਤੇ ਗਲੀ ਦੇ ਵਿੱਚੋਂ ਅੰਗ ਦਿੱਸੇ ਗੁਰਕਾ ਸਾਹਿਬ ਦੇ, ਉਹ ਇਕੱਠੇ ਕਰਕੇ ਲੈ ਆਇਆ। ਕਿੰਨੇ ਅੰਗ ਸੀਗੇ ਬਾਬਾ ਜੀ? 15-16 ਅੰਗ। ਫਿਰ ਬਾਅਦ ਦੇ ਵਿੱਚ ਅਸੀਂ ਗਲੀ 'ਚ ਗਏ ਹਾਂ ਜੀ, ਸਾਨੂੰ ਛੋਟੇ ਛੋਟੇ ਟੁਕੜੇ ਫਿਰ ਉਹਦੇ ਜਿਹੜੇ ਸਾਡੇ ਉਹ ਲੱਗੇ ਜੀ, ਉਹ ਲੈ ਕੇ ਅਸੀਂ ਦਾਲ ਬੰਦ ਕਰਕੇ ਗੁਰਦੁਆਰਾ ਸਾਹਿਬ। ਅਤੇ ਪੁਲਿਸ ਨੂੰ ਇਤਲਾਹ ਦਿੱਤੀ? ਹਾਂਜੀ, ਪੁਲਿਸ ਪਹੁੰਚੀ ਹੈ। ਹਾਂਜੀ, ਪਹੁੰਚੀ। ਕੀ ਮੰਗ ਕਰਦੇ ਜੋ? ਮੈਂ ਇਨਸਾਫ ਜਿਹਨੇ ਵੀ ਇਹ ਕੰਮ ਕੀਤਾ ਉਹ 'ਤੇ ਕਰਨੀ ਹੋਣੀ ਚਾਹੀਦੀ, ਕਿ ਆਉਣ ਵਾਲੇ ਸਮੇਂ 'ਚ ਹੋਰ ਕੋਈ ਨਾ ਕਰੇ। ਸਰ, ਖਾਲੜੇ ਦੇ ਵਿੱਚ ਤੁਸੀਂ ਭਾਈ ਜਗਤਾ ਜੀ ਦੇ ਗੁਰਦੁਆਰਾ ਸਾਹਿਬ ਖੜ੍ਹੇ ਜੋ, ਸੁਖਮਨੀ ਸਾਹਿਬ ਦੇ ਅੰਗ ਜਿਹੜੇ ਆ ਬੇਅਦਬੀ ਕੀਤੀ ਆ ਉਹਨਾਂ ਦੀ, ਅਤੇ ਗਲੀਆਂ ਦੇ ਵਿੱਚ ਮਿਲੇ ਆ, ਕੀ ਮੈਟਰ ਆ ਸਰ? ਸਰ, ਤੁਸੀਂ ਆਏ ਜੋ ਮੌਕੇ 'ਤੇ? ਜੀ, ਸਾਨੂੰ ਇੱਕ ਤਾਂ ਮਰੀਜ਼ ਜੀ, ਗੁਰਦੁਆਰਾ ਭਾਈ ਜਗਤਾ ਜੀ ਦੇ ਲਾਗੇ ਗਲੀ ਇੱਕ ਘੱਟ ਵਾਲੀ ਗਲੀ ਵੱਜਦੀ ਹੈ ਖਾਲੜੇ ਦੇ ਵਿੱਚ, ਉੱਥੇ ਗਲੀ ਦੇ ਵਿੱਚ ਇੱਕ ਬੱਚੇ, ਛੋਟੇ ਬੱਚੇ ਨੂੰ ਸ਼ਾਮ ਨੂੰ 7:30 ਵਜੇ ਕੋਈ ਪੱਤਰੇ ਮਿਲੇ ਸੀ ਉਹਦੇ ਗੁਰਦੁਆਰਾ ਸਾਹਿਬ ਦੇ, ਸੁਖਮਨੀ ਸਾਹਿਬ ਦੇ, ਜਿਹੜੇ ਉਹ ਬੱਚੇ ਨੇ ਲਿਆ ਕੇ ਗੁਰਦੁਆਰਾ ਸਾਹਿਬ ਦੇ ਦਿੱਤੇ ਜਗਤੀ ਸਿੰਘ ਨੂੰ, ਅਤੇ ਉਸ ਦੇ ਸੰਬੰਧ ਵਿੱਚ ਅਸੀਂ ਮੌਕੇ 'ਤੇ ਆਏ ਸੀ, ਮੌਕਾ ਦੇਖਿਆ ਅਤੇ ਆਪਣਾ ਦੇਖ ਕੇ ਆਪਣੇ ਗ੍ਰੰਥੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ, ਇਹਨਾਂ ਦਾ ਬਿਆਨ ਲਿਖ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਰਕੇ ਪਰਚਾ ਕਰਕੇ ਆਪਾਂ ਜੁਡੀਸ਼ੀਅਰੀ ਅਮਲ 'ਚ ਲਿਆਵਾਂਗੇ। ਜਿਹੜੇ ਵੀ ਕੋਈ ਦੋਸ਼ੀ ਹੋਣਗੇ ਉੱਥੇ ਸਮੱਸਿਆ ਨਹੀਂ ਜਾਣਗੇ ਉਹਨਾਂ ਉਹਨਾਂ ਦੇ ਘਰ ਤੋਂ। ਸਰ, ਕੁਝ ਅੰਗ ਗਲੀ ਦੇ ਵਿੱਚ ਮਿਲੇ ਆ ਜਿੱਥੇ ਸਾੜੇ ਵੀ ਗਏ ਆ, ਅੰਗਾਂ ਨੂੰ ਦੇਖਿਆ ਗਿਆ, ਉਹਨਾਂ ਨੂੰ ਅਗਨੀ ਵੀ ਲਗਾਈ ਗਈ ਆ, ਅਤੇ ਕੁਝ ਅੰਗ ਕਿਸੇ ਦੀ ਹਵੇਲੀ 'ਚੋਂ ਵੀ ਮਿਲੇ ਆ, ਉਹ ਸਰ ਕਿਹਨਾਂ ਦੇ ਬਰਾਮਦ ਹੋਏ? ਉਹ ਇੱਕ ਜਗਜੀਤ ਸਿੰਘ ਹੈਗੇ ਨੇ, ਉਹਨਾਂ ਦੀ ਹਵੇਲੀ ਆ, ਹਵੇਲੀ ਦੇ ਵਿੱਚੋਂ ਉਹਨਾਂ ਨੇ ਦੇਖੇ ਸੀ ਅੰਗ ਗਏ ਸੀ ਉਹਨਾਂ ਨੂੰ ਗਏ, ਪਰ ਉਹਨਾਂ ਨੇ ਮੈਨੂੰ ਸਲਾਹ ਨਹੀਂ ਦਿੱਤੀ ਜਿਹੜੇ ਸ਼ੇਰ ਦਾ ਵਕਤ ਦੀ ਗੱਲ ਹੈ। ਹੁਣ ਸ਼ਾਮ ਜਿਹੜੇ ਆ ਉਹ ਗਲੀ ਦੇ ਵਿੱਚੋਂ ਇੱਕ ਬੱਚੇ ਨੂੰ ਮਿਲੇ, ਉਹਨਾਂ ਲਿਆ ਕੇ ਗੁਰਦੁਆਰਾ ਦੇ ਦਿੱਤੇ, ਉਹ ਅਸੀਂ ਉਸਦੇ ਸੰਬੰਧ ਵਿੱਚ ਪੇਸ਼ ਕਰ ਰਹੇ ਹਾਂ, ਉਹ ਵੀ ਬਣਦੀ ਕਾਰਵਾਈ ਆ ਕਰਕੇ ਪਰਚਾ ਪੇਸ਼ ਕਰਾਂਗੇ, ਅਤੇ ਜਿਹੜੇ ਕੋਈ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ